पुलिस डिपार्टमेंट है, फलाना डिपार्टमेंट है, ढिकना डिपार्टमेंट है, सारे डिपार्टमेंट ये एम एल ए डरते हैं क्योंकि पास हो जाएगी जो उत्तों ही चंडीगढ़ कुछ करवा देंगे। जिदा कांग्रेस की सरकार आ गई उन्हें सू काम ही नहीं करना कि जे मैं राकेश ने कराता वह बीजेपी का एमसी है जी। नंबर वो बोर्ड उन्होंने पै जाएगी साढ़े एमसी हार जाएगा। हूं मैं शायद अगला इलेक्शन भी नहीं लड़ना। वो लोगों का हित नहीं देखते, वो अपना हित देखते हो सू वोट पैन तो राजनीति चमकी तो सा बंदा जिते हारे, लेकिन पबड़ी का किन्ना नुकसान कर देते हैं ये परमात्मा ही जानता। नमस्कार, सत श्री अकाल, आदाब। मैं रमनदीप तुहाडा सब का बहुत बहुत स्वागत करता हाँ TRL न्यूज़ के खास प्रोग्राम फेस टू फेस। इस प्रोग्राम के राही असं मिलाते हैं राजनीतिक शख्सियत के नाल। इस तहत अच्छ सा मौजूद ने साढ़े प्रोग्राम के पठानकोट शहर के वार्ड नंबर 4 के MC श्री राकेश औल जी, तो नाल दी नाल ये पंजाब होटल एसोसीएशन के वाइस प्रधान भी ने। राकेश औल जी बहुत बहुत स्वागत है तुहाडा साढ़े प्रोग्राम के। राकेश औल जी, सब तो पहला तुसीं साढ़े दर्शकों नूं अपने राजनीतिक कैरियर के बारे दसो। राजनीति च मैं तकरीबन 5 साल पहले जो इलेक्शन होए MC के उदो ही आया। उस तो पहले मैं काफी सोसाइटी में जुड़े रहा संस्था काफी ना जुड़े रही जिदा होटल एसोसिएशन में 7 साल तो प्रधान है जी। इदा ही काफी सोसाइटी का मेरा लिंक सी जी। और मैं सामने मेरे एक बस्ती पैंदी अमरूदां दी झुगियां वार्ड नंबर 4 च, वो काफी गरीब बस्ती है जी, काफी नीचे बस्ती है। चलो ओदी मैं अपने तौर ते मदद करता रहा शुरू तो, लेकिन जो मैं राजनीति दायरे जी देखा कि राजनीति दायरे जाके ਉਹਦੀ ਜ਼ਿਆਦਾ ਸੇਵਾ ਕੀਤੀ ਜਾ ਸਕਦੀ, ਜ਼ਿਆਦਾ ਕੰਮ ਕਰਾਇਆ ਜਾ ਸਕਦਾ, ਕਿਉਂਕਿ ਰਾਜਨੀਤਿਕ ਤੌਰ 'ਚ ਤੰਤਰ ਨਾਲ ਜੁੜ ਜਾਂਦਾ, ਸਾਰਾ ਸਿਸਟਮ ਨਾਲ ਜੁੜ ਜਾਂਦਾ, ਸਰਕਾਰੀ ਸਿਸਟਮ, ਕੋਈ ਗਲੀਆਂ ਬਣਾਉਣੀਆਂ, ਕੋਈ ਸੀਵਰੇਜ ਪਵਾਉਣੀਆਂ, ਕਿਉਂਕਿ ਅਸੀਂ ਮਦਦ ਕਰ ਸਕਦੇ ਹਾਂ ਕੁਛ ਛੋਟੇ ਲੈਵਲ ਦੀ। ਜਦੋਂ ਸਰਕਾਰ ਨਾਲ ਜੁੜ ਜਾਂਦੇ ਰਾਜਨੀਤਿਕ ਦਾਇਰੇ 'ਚ ਆ ਜਾਂਦੇ ਤਾਂ ਅਸੀਂ ਵੱਡੇ ਤੌਰ 'ਤੇ ਵੀ ਮਦਦ ਕਰ ਸਕਦੇ ਜੀ। ਰਾਜਨੀਤੀ 'ਚ ਆਉਂਦਾ ਤਾਂ ਮੇਰਾ ਹੀ ਕਿਹਾ ਹੋਟਲ ਜੀ। ਅਤੇ ਆਪਣਾ ਹੋਟਲ ਐਸੋਸੀਏਸ਼ਨ ਦੇ ਤੁਸੀਂ ਵਾਈਸ ਪ੍ਰਧਾਨ ਹੋ, ਨਾਲੇ ਪਠਾਨਕੋਟ ਦੇ ਤੁਸੀਂ ਚੇਅਰਮੈਨ ਹੋ, ਇਸ ਦੇ ਜਿਹੜਾ ਤੁਹਾਡਾ ਕੈਰੀਅਰ ਸੀ ਕਿਵੇਂ ਦਾ, ਮਤਲਬ ਕਿ ਰਿਹਾ, ਕਿੰਨੇ ਸਾਲ ਤੋਂ ਤੁਸੀਂ ਜੁੜੇ ਹੋਏ ਹੋ ਹੋਟਲ ਇੰਡਸਟਰੀ ਨਾਲ? ਜੀ ਸਰ, ਹੋਟਲ ਇੰਡਸਟਰੀ ਨਾਲ ਮੈਂ ਤਕਰੀਬਨ 98 ਤੇ ਹੋਟਲ ਬਣਾਇਆ ਜੀ, ਤਕਰੀਬਨ ਲਗਭਗ ਮੋਟਾ ਮੋਟਾ ਚੱਲੋ ਤੇ ਤੁਹਾਨੂੰ 20 ਸਾਲ ਹੋਏਗੀ ਹੈ ਜੀ, 23-24 ਸਾਲ ਅਤੇ ਉਦੋਂ ਤੋਂ ਜੁੜੀ ਨੇ ਹੋਟਲ ਇੰਡਸਟਰੀ ਨਾਲ। ਲੇਕਿਨ ਹੋਟਲ ਇੰਡਸਟਰੀ ਦੇ ਪਹਿਲੇ ਵੀ ਸਾਡੇ ਪ੍ਰਧਾਨ ਰਹੇ ਨੇ, ਕਾਫੀ ਆਉਂਦੇ ਜਾਂਦੇ ਰਹੇ, ਲੇਕਿਨ ਉਦੋਂ ਉਸਦੇ ਬਾਅਦ 7 ਸਾਲ ਪਹਿਲੇ ਇਹਨਾਂ ਨੇ ਮੈਨੂੰ ਪ੍ਰਧਾਨ ਚੁਣਿਆ ਸੀ ਔਰ ਮੈਂ ਬੇਕੂਫ ਨੂੰ ਵਧੀਆ ਤਰੀਕੇ ਨਾਲ ਵਧੀਆ ਢੰਗ ਨਾਲ ਆਪਣੀ ਇੰਡਸਟਰੀ ਨੂੰ ਖੜਾ ਕੀਤਾ। ਅੱਜ ਜੇ ਸਾਡੇ ਪਠਾਨਕੋਟ ਦੀ ਕੋਈ ਸੁਸਾਇਟੀਆਂ ਦਾ ਨਾਮ ਲੈਂਦੇ ਨੇ ਜਾਂ ਕੋਈ ਐਸੋਸੀਏਸ਼ਨਾਂ ਦਾ ਨਾਮ ਲੈਂਦੇ ਨੇ ਤਾਂ ਸਾਡਾ ਪਹਿਲੇ ਨੰਬਰ 'ਤੇ ਐਸੋਸੀਏਸ਼ਨ ਪਠਾਨਕੋਟ ਹੋਟਲ ਇੰਡਸਟਰੀ ਦਾ ਨਾਮ। ਸਾਡੇ ਦਰਸ਼ਕਾਂ ਤੁਸੀਂ ਦੱਸੋ ਵੀ ਤੁਸੀਂ MC ਬਣਨ ਤੋਂ ਬਾਅਦ ਕਿਹੜੀਆਂ ਅਜਿਹੀਆਂ ਪ੍ਰੋਬਲਮਸ ਸੀ ਜਿਹੜੀਆਂ ਪਿਛਲੇ ਕਈ ਸਾਲਾਂ ਤੋਂ ਹੱਲ ਨਹੀਂ ਹੋਈਆਂ ਅਤੇ ਤੁਸੀਂ ਉਹ ਕੰਮ ਕਰਵਾਏ? ਦੇਖੋ MC ਬਣਨ ਦੇ ਬਾਅਦ ਮੇਰੇ ਨਾਲ ਸ਼ਾਸਤਰੀ ਨਗਰ, ਪਟੇਲ ਨਗਰ, ਅਖਰੋਟ ਨਗਰ ਦਾ ਕੁਛ ਪਾਠ ਔਰ ਅਮਰੂਦਾਂ ਦੀਆਂ ਝੁਗੀਆਂ ਜੀ। ਔਰ ਮੈਂ ਪਹਿਲੇ ਦਿਨ ਵੀ ਜੇਕਰ ਮੈਂ ਲੋਕਾਂ ਨੂੰ ਵੀ ਮਿਲਿਆ ਸੀ ਉਦੋਂ ਮੁਹੱਲਿਆਂ 'ਚ ਜਾ ਕੇ ਜਦੋਂ ਮੈਂ MC ਬਣਿਆ, ਉਹ ਕੁਛ ਦਿਨ ਮਿਹਨਤ ਕਰਨੀ ਪੈਂਦੀ, ਹਰ ਘਰ ਜਾ ਕੇ ਦੱਸਣਾ ਪੈਂਦਾ ਮੈਂ ਕੀ ਕਰਾਂਗਾ ਜੀ। ਔਰ ਮੈਂ ਸਾਰਾ ਹਰ ਘਰ ਭਾਵੇਂ ਮੈਂ ਅਮਰੂਦ ਨਗਰ ਗਿਆ ਭਾਵੇਂ ਸ਼ਾਸਤਰੀ ਨਗਰ ਗਿਆ, ਉੱਥੇ ਮੈਂ ਇੱਕੋ ਗੱਲ ਇਹੋ ਰੱਖਦਾ ਕਿ ਮੈਂ ਪਹਿਲੇ ਹੀ ਤੌਰ 'ਤੇ ਅਮਰੂਦਾਂ ਦੀਆਂ ਝੁਗੀਆਂ ਦਾ ਜੂਨ ਸੁਧਾਰ ਲਈ ਜੀ, ਜਿਹੜੇ ਇੰਨੇ ਸਾਲ ਤੋਂ ਗੰਦਾ ਪਾਣੀ ਪੀ ਰਹੇ ਨੇ ਜੀ, ਔਰ ਨਾਲੀਆਂ ਸਾਰੇ ਹਿੰਦੁਸਤਾਨ 'ਚ ਬੰਦ ਹੋ ਗਈਆਂ ਜੀ, ਇਹਦੀਆਂ ਸਾਈਡਾਂ ਦੇ ਨਾਲੀਆਂ ਅੱਜ ਵੀ ਸੀਗੀਆਂ ਜੀ, ਇਹ ਉਹ ਬੰਦ ਕਰਵਾਉਣ ਦਾ ਪਲੈਨਿੰਗ ਸੀਗਾ ਜਿਹਦੇ ਨਾਲ ਕਚਰਾ ਨਾ ਰਵੇ ਔਰ ਮੱਛਰ ਪੈਦਾ ਨਾ ਹੋਏ ਅਤੇ ਗਲੀਆਂ ਬਣਵਾਉਣੀਆਂ ਔਰ ਸੀਵਰੇਜ ਪਵਾਉਣਾ, ਇਹ 2-3 ਲਾਈਟਾਂ ਦੇ ਪ੍ਰਬੰਧ ਕਰਨਾ, ਇਹ ਮੇਰਾ ਅਮਰੂਦਾਂ 'ਚ ਝੁਗੀਆਂ 'ਚ ਜ਼ਿਆਦਾ ਧਿਆਨ ਰਿਹਾ ਸ਼ੁਰੂ ਤੋਂ, ਕਿਉਂਕਿ ਜਦੋਂ ਸਾਹਮਣੇ ਹੈ ਇੱਕ ਆਂਜਨ ਰਿਹਾ, ਇੱਕ 14 ਸਾਲ ਸਾਡੇ ਫਲ ਸਾਹਿਬ ਨੇ ਵੀ ਇੱਥੇ ਸਬਜ਼ੀ ਦਾ ਕੰਮ ਕੀਤਾ ਹੈ ਜੀ, ਔਰ ਉਹਦੇ ਨਾਲ ਜ਼ਿਆਦਾ ਜੁੜਾਵ ਰਿਹਾ, ਹਰ ਫੈਮਿਲੀ ਨਾਲ ਜੁੜਾਵ ਰਿਹਾ ਜੀ, ਕਿਉਂਕਿ ਹਰ ਫੈਮਿਲੀ ਹੋਟਲ 'ਚ ਤਾਂ ਆਏ ਨਾ, ਆਏ ਝੁਗੀਆਂ ਹੋਟਲ 'ਚ ਤਾਂ ਨਹੀਂ ਆ ਸਕਦੀਆਂ, ਜਿਹੜੀ ਸਬਜ਼ੀ ਖਰੀਦਣ ਤਾਂ ਜ਼ਰੂਰ ਆਉਂਦੀਆਂ ਹੈ ਜੀ ਸਰ, ਉਹਦੇ ਨਾਲ ਮੇਰਾ ਲਗਾਵ ਉਸ ਮਹੱਲੇ 'ਚ ਜ਼ਿਆਦਾ ਰਿਹਾ, ਐਵਰੇਜ ਹੀ ਜ਼ਿਆਦਾ ਰਿਹਾ ਜੀ। ਅਤੇ ਰਾਜਨੀਤੀ ਦੇ ਬਾਅਦ ਸਭ ਤੋਂ ਪਹਿਲਾਂ ਤਾਂ ਮੈਨੂੰ ਤਕਰੀਬਨ ਮੈਂ ਜੋ ਸੋਚਿਆ ਸੀ ਜਿਸ ਪਲੈਨ ਨਾਲ ਮੈਂ ਇਸ ਜੇ ਆਇਆ ਸੀ MC ਬਣਿਆ ਸੀ BJP ਦੇ ਵਿੱਚ ਮੈਂ ਇਲੈਕਸ਼ਨ ਲੜਿਆ ਸੀ, ਕਿਉਂਕਿ ਮੈਂ ਵੀ ਸੰਗਠਨ ਨਾਲ ਕਾਫੀ ਦੇਰ ਤੋਂ ਜੁੜੇ ਦਾ ਔਰ ਮੇਰਾ BJP ਨਾਲ ਲਗਾਵ ਰਿਹਾ ਜੀ। ਅਤੇ ਜੁੜਨ ਦੇ ਬਾਅਦ ਜੋ ਮੈਂ ਟਾਰਗੇਟ ਬਣਾਇਆ ਦਾ ਸੀਗੇ ਇੰਨੇ ਕੰਮ ਕਰਵਾਉਣੇ ਆ, 1.5 ਸਾਲ MC ਅਸੀਂ ਰਹੇ ਹਾਂ ਤਾਂ ਸਾਡਾ ਹੀ ਪ੍ਰਧਾਨ ਰਿਹਾ, ਸਾਡਾ ਹੀ MLA ਰਿਹਾ, ਸਾਡਾ ਹੀ CM ਰਿਹਾ ਜੀ, ਔਰ ਸਾਡਾ ਹੀ PM ਰਿਹਾ। ਉਸ ਦੌਰਾਨ ਤੇ ਮੈਂ ਜੋ ਕੰਮ ਕਰਾ ਸਕਦਾ ਪਹਿਲੇ ਝਟਕੇ 'ਚ ਮੈਂ ਸੀਵਰੇਜ ਪਵਾ ਤਾ 6 ਮਹੀਨੇ ਦੇ ਅੰਦਰ ਹੀ, ਔਰ ਫਾਈਬਰ ਦੀ ਪਾਈਪ ਪਵਾਈ ਹੈ ਜਿਹੜੀ ਕਿ ਹਿੰਦੁਸਤਾਨ ਸਭ ਤੋਂ ਮਹਿੰਗੀ ਪਾਈਪ ਹੈ ਪਾਣੀ ਵਾਲੀ, ਇਹ 'ਚ ਨਾ ਜੰਗ ਲੱਗਦਾ, ਨਾ ਗੰਦਗੀ ਰੁਕਦੀ ਹੈ, ਨਾ ਕੁਛ ਲੱਗਦੀ ਹੈ, ਫਾਈਬਰ ਦੀ ਪਾਈਪ ਆਉਂਦੀ ਹੈ, ਉਹ ਮੈਂ ਸਾਰੇ ਮਹੱਲੇ 'ਚ ਫਾਈਬਰ ਦੀ ਪਾਈਪ ਪਵਾਤੀ। ਟਿਊਬਵੈੱਲ ਪਿੱਛੇ ਲੱਗੇ ਦਾ ਸੀ, ਉਹਦੀ ਮੋਟਰ ਡੇਲੀ ਚੇਂਜ, ਉਹ ਖਰਾਬ ਰਹਿੰਦੀ ਸੀ,
ਉਹਨੂੰ ਆਪਰੇਸ਼ਨ ਕਰਵਾਤੀ ਉਹਦੀ ਨਵਾਂ ਬੁਲਾ ਤਾ ਸਾਰਾ ਉਹਦੇ ਬਾਅਦ ਮੈਨੂੰ 4 ਸਾਲ ਚ ਕੋਈ ਪ੍ਰੋਬਲਮ ਨਹੀਂ ਆਈ ਲੇਕਿਨ ਅੱਗੇ ਸਰਕਾਰ ਚੇਂਜ ਹੋ ਗਈ ਉਹਦੇ ਬਾਅਦ ਮੈਨੂੰ ਰਾਜਨੀਤੀ ਦੇ ਵਿੱਚ ਮਜ਼ਾ ਇਸ ਕਰਕੇ ਵੀ ਨਹੀਂ ਆਇਆ ਹੁਣ ਮੈਂ ਸ਼ਾਇਦ ਅਗਲਾ ਇਲੈਕਸ਼ਨ ਵੀ ਨਹੀਂ ਲੜਨਾ ਕਿਉਂਕਿ ਰਾਜਨੀਤੀ ਦੇ ਵਿੱਚ ਜਦੋਂ ਚੇਂਜ ਆਉਂਦਾ ਜਿੱਦਾਂ ਕਾਂਗਰਸ ਦੀ ਸਰਕਾਰ ਆ ਗਈ ਉਹਨੇ ਸਾਨੂੰ ਕੰਮ ਹੀ ਨਹੀਂ ਕਰਨ ਦਿੱਤਾ ਜਿਹੜੇ ਕੰਮ ਬਹੁਤ ਜ਼ਰੂਰੀ ਸੀ ਨਾ ਉਹ ਰੋਕ ਦਿੱਤੇ ਗਏ ਕਿਉਂਕਿ ਉਹ ਅਸੀਂ ਕਰਵਾਉਣਾ ਚਾਹੁੰਦੇ ਸੀ ਉਹ ਜਿਹੜੇ ਕੰਮਾਂ ਦੀ ਨਹੀਂ ਲੋੜ ਸੀ ਸਾਡੇ ਫੰਡ ਉੱਥੇ ਸ਼ਿਫਟ ਕਰ ਦਿੱਤੇ ਅਸੀਂ ਆਪਣੀ ਕਮੇਟੀ ਦੇ ਵਿੱਚ ਪਾਸ ਕਰਦਾ ਰਿਹਾ ਮੈਂ ਲਾਸਟ ਜਦੋਂ ਖਤਮ ਹੀ ਹੋਇਆ ਮੈਂ ਐਮ ਸੀ ਦਾ ਹੋਇਆ ਮਾਰਚ ਵਿੱਚ ਉਸ ਤੋਂ ਪਹਿਲੇ ਵੀ ਜਿਹੜੀ ਸਾਡੀ ਉਹਦੀ ਕੰਬਾਈਨ ਮੀਟਿੰਗ ਹੁੰਦੀ ਹੈ ਪੰਜਾਬ ਐਮ ਸੀ ਐਮ ਦੀ ਮੇਅਰ ਵਿੱਚ ਕਹਿੰਦੇ ਨੇ ਜਿਹੜਾ ਹਾਊਸ 'ਚ ਪਾਸ ਕਰਦੇ ਹਾਂ ਹਾਊਸ 'ਚ ਮੈਂ ਕਹਿ ਰਹਿਣਾ ਕੁਛ ₹1000 ਕਰੋੜ ਦਾ ਪਾਸ ਕਰਾਇਆ ਝੁੱਗੀਆਂ ਦਾ ਬਾਕੀ ਬਣ ਗਈਆਂ ਸਾਰੀਆਂ ਇੱਕ ਗਲੀ ਰਹਿ ਗਈ ਹੈ ਉਹ ਕਾਫੀ ਗੰਦੀ ਹੈ ਉਹ ਸਭ ਤੋਂ ਗੰਦੀ ਗਲੀ ਹੈ ਸਿਰਫ ਰਾਜਨੀਤੀ ਇਹ ਕਿ ਉਹ 'ਚ ਮੇਰੇ ਪਰਿਵਾਰ ਆਪਣੇ ਨੇ 5-7 ਉਹ ਮੇਰੇ ਪਰਿਵਾਰਾਂ ਨੂੰ ਨਾ ਧਿਆਨ ਦਿੰਦੇ ਹੋਏ ਜਿਹੜੇ ਇਲਾਕਿਆਂ ਦੇ ਵਿੱਚ ਲੋੜ ਹੀ ਨਹੀਂ ਐਡੀਆਂ ਗੁੱਲੀਆਂ ਜਾ ਕੇ ਦੇਖੋ ਸਰਵੇ ਕਰਾਓ ਉਹਦੀਆਂ ਵੀਡੀਓ ਦੇਖੋ ਇੰਨੇ ਨੇ ਚੋੜੀਆਂ ਇੰਨੇ ਸੋਹਣੀਆਂ ਗਲੀਆਂ ਸੀ ਉਹ ਪੈਸਾ ਵੀ ਮੇਰਾ ਉੱਥੇ ਬਰਬਾਦ ਕਰ ਦਿੱਤਾ ਇਸ ਕਰਕੇ ਰਾਜਨੀਤੀ ਦਾਇਰੇ ਦੇ ਵਿੱਚ ਜਾਂ ਤੇ ਸਰਕਾਰ ਦੇ ਨਾਲ ਸਿਸਟਮ ਨਾਲ ਸਾਰਾ ਸਿਸਟਮ ਇੱਕ ਬੰਦੇ ਕੋਲ ਹੋਏ ਜੇ ਐਮ ਸੀ ਬੀਜੇਪੀ ਦਾ ਹੈ ਐਮ ਐਲ ਏ ਵੀ ਬੀਜੇਪੀ ਦਾ ਹੋਏ ਸੀ ਐਮ ਵੀ ਬੀਜੇਪੀ ਦਾ ਹੋਏ ਪੀ ਐਮ ਵੀ ਹੋਏ ਸਾਰੀ ਚੈਨ ਹੋਏ ਕੁਛ ਨਾ ਹੋਏ ਘੱਟੋ ਘੱਟ ਐਮ ਐਲ ਏ ਤੇ ਐਮ ਸੀ ਇੱਕੋ ਪਾਰਟੀ ਦਾ ਹੋਏ ਵਿਅਕਤੀਗਤ ਵਿਕਾਸ ਕਰਨਾ ਇੰਡੀਵਿਜੁਅਲ ਡਿਵੈਲਪਮੈਂਟ ਕਰਨਾ ਇਹਨਾਂ ਦਾ ਮੁੱਖ ਟੀਚਾ ਇਹੀ ਹੈ ਤੇ ਤੁਹਾਡੇ ਨਜ਼ਰੀਏ ਦੇ ਨਾਲ ਜਿਹੜਾ ਆਪਣੇ ਐਮ ਐਲ ਏ ਸਾਹਿਬ ਨੇ ਤੁਹਾਡਾ ਕਿੰਨਾ ਹੁਣ ਤੱਕ ਸਾਥ ਕਿਉਂ ਨਹੀਂ ਦੇ ਰਹੀ ਜੀ ਨਹੀਂ ਦੇ ਰਹੀ ਤੇ ਸੋਚ ਕੇ ਉਹ ਆਪਣੇ ਘਰ ਹੀ ਬੈਠ ਕੇ ਟਿਊਨਿੰਗ ਬਣਾ ਕੇ ਕਿਉਂਕਿ ਜਿਹੜਾ ਦੇਖੋ ਇਸ ਟਾਈਮ ਸੀਐਮ ਕਾਂਗਰਸ ਹੈ ਐਮ ਐਲ ਏ ਕਾਂਗਰਸ ਹੁਣ ਐਮ ਐਲ ਏ ਤੇ ਸੀਐਮ ਦੇ ਵਿੱਚ ਜਿਹੜਾ ਸਾਡਾ ਅਸੀਂ ਤਾਂ ਰਾਜਨੀਤਿਕ ਦਾਇਰੇ ਚ ਆ ਗਏ ਇੱਕ ਸਰਕਾਰੀ ਤੰਤਰ ਹੈ ਸਰਕਾਰੀ ਤੰਤਰ ਵੀ ਚੱਲੇ ਕਰਦੇ ਨਾ ਜਿੱਦਾਂ ਕਾਰਪੋਰੇਸ਼ਨ ਦੇ ਕਮਿਸ਼ਨਰ ਹੈ ਪੁਲਿਸ ਡਿਪਾਰਟਮੈਂਟ ਹੈ ਫਲਾਣਾ ਡਿਪਾਰਟਮੈਂਟ ਹੈ ਢਿੱਗਣਾ ਡਿਪਾਰਟਮੈਂਟ ਸਾਰੇ ਡਿਪਾਰਟਮੈਂਟ ਇਹ ਐਮ ਐਲ ਏ ਕੋਲ ਡਰਦੇ ਨੇ ਕਿਉਂਕਿ ਟ੍ਰਾਂਸਫਰ ਹੋ ਜਾਏਗੀ ਜਾਂ ਉਹਨੂੰ ਉੱਤੋਂ ਹੀ ਚੰਡੀਗੜ੍ਹੋਂ ਕੁਛ ਕਰਵਾ ਦੇਣਗੇ ਉਹ ਸਾਰੇ ਤੰਤਰ ਉਹਨਾਂ ਦੇ ਹੱਥ ਹੁੰਦੇ ਆ ਉਹ ਸਾਰਾ ਕੁਛ ਉਹ ਚਲਾ ਸਕਦੇ ਆ ਐਮ ਐਲ ਏ ਜਿਹੜਾ ਮੌਕੇ ਦਾ ਹੁੰਦਾ ਤੇ ਇਸ ਕਰਕੇ ਬੀਜੇਪੀ ਦੀ ਸੁਣਵਾਈ ਨਾ ਕਰਦੇ ਹੋਏ ਉਹ ਲੋਕਾਂ ਦਾ ਹਿੱਤ ਨਹੀਂ ਦੇਖਦੇ ਉਹ ਆਪਣਾ ਹਿੱਤ ਦੇਖਦੇ ਹੋਏ ਸਾਨੂੰ ਵੋਟ ਪੈਣ ਤੇ ਸਾਡੀ ਰਾਜਨੀਤੀ ਚਮਕੇ ਤੇ ਸਾਡਾ ਬੰਦਾ ਜਿੱਤੇ ਹਾਰੇ ਲੇਕਿਨ ਪਬਲਿਕ ਦਾ ਕਿੰਨਾ ਨੁਕਸਾਨ ਕਰ ਜਾਂਦੇ ਆ ਇਹ ਪਰਮਾਤਮਾ ਹੀ ਜਾਣਦਾ ਤੁਸੀਂ ਸਰ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਜਿਹੜੀ ਆਪਣੀ ਹੁਣ ਕੈਪਟਨ ਦੀ ਸ਼ਿਕਾਰ ਹੈ ਤੁਹਾਡੇ ਆਪਣੇ ਏਰੀਏ ਦੇ ਵੀ ਸਾਡੇ ਪਠਾਨਕੋਟ ਦੇ ਐਮ ਐਲ ਏ ਵੀ ਕਾਂਗਰਸ ਦੇ ਨੇ ਤੇ ਤੁਸੀਂ ਆਪਣੀ ਨਜ਼ਰੀਏ ਨਾਲ ਦੱਸੋ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਕਿਸ ਤਰ੍ਹਾਂ ਦਾ ਕੰਮ ਹੋਇਆ ਕਿਸ ਤਰ੍ਹਾਂ ਦਾ ਕਾਰਜਕਾਲ ਕਰ ਰਹੇ ਨੇ ਤੁਸੀਂ ਤੈਨੂੰ ਸਹੀ ਤਰੀਕੇ ਨਾਲ ਸੋਚਣਾ ਜੇ ਤੁਸੀਂ ਪੁਰਾਣਾ ਰਹਿਣ ਵਾਲੇ ਹੋ ਜਾਂ ਜਿਹੜੇ ਪੁਰਾਣੇ ਬੰਦੇ ਆ ਉਹਨੂੰ ਪੁੱਛੋ ਕਿ ਇਸ ਤੋਂ 4 ਸਾਲ ਪਹਿਲੇ ਜਿਹੜੀ ਸਰਕਾਰ ਆਈ ਹੈ ਤੇ ਪਠਾਨਕੋਟ 'ਚ ਕਿੰਨਾ ਕੁ ਕੰਮ ਹੋਇਆ ਕਿੰਨਾ ਕੁ ਵਿਕਾਸ ਹੋਇਆ ਸਟੇਡੀਅਮ ਬਣਿਆ ਮਿੰਨੀ ਸੈਕਟਰ ਬਣਿਆ ਕੋਰਟ ਬਣਿਆ ਤੁਹਾਡਾ ਕਾਲਜ ਬਣਿਆ ਤੁਹਾਡੇ ਮਤਲਬ ਕਿ ਇਸ ਤਰ੍ਹਾਂ ਦੇ ਕੋਈ ਕਾਫੀ ਕੰਮ ਹੈ ਜਿਹੜੇ ਤੁਸੀਂ ਉਹ ਤੁਹਾਡਾ ਕਿੰਨਾ ਸੋਹਣਾ ਬਣਾਇਆ ਆਡੀਟੋਰੀਅਮ ਬਣਾਇਆ ਕਿੰਨਾ ਸੋਹਣਾ ਬਣਾਇਆ ਇਹਨਾਂ ਨੇ ਦੱਸਣਾ 4 ਸਾਲ 'ਚ ਕੀ ਕੀਤਾ 4 ਸਾਲ 'ਚ ਤੇ ਇਹਨਾਂ ਨੇ ਧਿਆਨ ਦਿੱਤਾ ਹੀ ਨਹੀਂ ਇਹਦੇ ਕੰਮ ਦੇ ਵਿੱਚ ਤੇ ਬਿਲਕੁਲ ਨਿਖਿਤ ਪਾਸ ਹੋਈ ਹੈ ਸਰਕਾਰ ਔਰ ਪਬਲਿਕ ਨੇ ਜਨਰੇਸ਼ਨ ਹੀ ਆਇਆ ਸਹੀ ਤਰੀਕੇ ਨਾਲ ਵੰਡਿਆ ਨਹੀਂ ਗਿਆ ਰਾਜਨੀਤੀ ਜਿੰਨੀ ਦੇਰ ਤੱਕ ਤੁਹਾਡੀ ਰਾਜਨੀਤੀ ਦਾਇਰੇ ਤੋਂ ਬਾਹਰ ਆ ਕੇ ਕੰਮ ਨਹੀਂ ਕਰੋਗੇ ਵੋਟਾਂ ਦੇ ਕਰਕੇ ਕੰਮ ਨਹੀਂ ਕਰੋਗੇ ਉਨੀ ਦੇਰ ਤੱਕ ਕਿਸੇ ਦਾ ਭਲਾ ਕਰ ਹੀ ਨਹੀਂ ਸਕਦੇ ਭਲਾ ਤੇ ਹੋਣਾ ਤੁਸੀਂ ਸੋਚੋ ਕਿ ਮੈਂ ਵੋਟ ਨਹੀਂ ਚਾਹੀਦੇ ਮੈਂ ਕੰਮ ਕਰਨਾ ਮੇਰਾ ਵੀ ਮਨ ਖੱਟਾ ਹੋਇਆ ਕਿਉਂਕਿ ਮੈਂ 4-5 ਸਾਲ ਰਿਹਾ ਮੈਂ ਇਲੈਕਸ਼ਨ ਵੀ ਨਹੀਂ ਲੜਨਾ ਮੈਂ 5 ਸਾਲ ਰਿਹਾ ਜਦ ਸਾਡੀ ਸਰਕਾਰ ਲੈਂਦੀ ਤੇ ਮੈਂ ਆਪਣੇ ਕੰਮਾਂ ਦੇ ਪੂਰੇ ਤੇ ਜਿਹਨਾਂ ਪੈਸਾ ਆਇਆ ਉਹਦੇ ਵਿੱਚ ਪਿਆ ਵੀ ਹੈ ਥੋੜਾ ਉਹ ਵੀ ਪਬਲਿਕ ਦਾ ਹੀ ਹੈ ਕਿਉਂਕਿ ਮੈਂ ਆਪੇ ਤਨਖਾਹਾਂ ਲੋਕਾਂ ਨੂੰ ਦਿੰਦਾ ਉਹਨੂੰ ਪਹਿਲੇ ਦਿਨ ਕਿਹਾ ਸੀ ਮੈਨੂੰ 17-18 ਹਜ਼ਾਰ ਦੀ ਤਨਖਾਹ ਨਹੀਂ ਚਾਹੀਦੀ ਮੈਂ ਤੇ ਆਇਆ ਇਸੇ ਕਰਕੇ ਕਿ ਮੈਂ ਲੋਕਾਂ ਦੀ ਸੇਵਾ ਕਿਸ ਤਰੀਕੇ ਨਾਲ ਕਰ ਸਕਦਾ ਖਾਸ ਕਰ ਝੁੱਗੀਆਂ ਦੀ ਸੇਵਾ ਜੀ ਸਰ ਇਹ ਮੈਂ ਜ਼ਰੂਰ ਕਰਨਾ ਚਾਹੁੰਦਾ ਲੇਕਿਨ ਉਹ ਮਜ਼ਾ ਨਹੀਂ ਆਇਆ ਕਿ ਮੈਂ 3.5 ਸਾਲ ਮੈਨੂੰ ਮਿਲੇ ਨਹੀਂ ਮੈਨੂੰ 1.5 ਸਾਲ ਦੇ ਵਿੱਚ 5 ਸਾਲ ਦਾ ਕੰਮ ਕਰ ਹੀ ਨਹੀਂ ਸਕਦਾ ਫਿਰ ਵੀ ਮੈਂ ਆਪਣੇ ਤੌਰ ਤੇ ਆਪਣਾ ਮੇਰਾ ਰੁਤਬਾ ਮੇਰੇ ਨਾਲ ਆਪਣੇ ਲੋਕ ਜੁੜੇ ਨੇ ਮੇਰੇ ਨਾਲ ਠੇਕੇਦਾਰ ਵੀ ਜੁੜੇ ਨੇ ਅੰਦਰ ਖਾਤੇ ਮੇਰੀਆਂ ਮਦਦਾਂ ਕਰਕੇ ਮੇਰੇ ਕੰਮ ਕਾਫੀ ਕੀਤਾ ਮੇਰਾ ਵਾਰਡ ਸਾਰਾ ਠੀਕ ਹੈ ਸਿਰਫ ਇੱਕ ਗੱਲ ਤੋਂ ਮੈਂ ਪਰੇਸ਼ਾਨ ਹਾਂ ਮੈਂ ਅੱਜ ਵੀ ਪਰੇਸ਼ਾਨ
ਲੇਕਿਨ ਉਹ ਨਹੀਂ ਇਹਨਾਂ ਦਾ ਬਣਾਉਂਦੇ। ਸਰ ਪਿੱਛੇ ਜੀ ਤੁਸੀਂ ਵੇਖਿਆ ਕਿ ਹੁਣ ਪਿਛਲੇ ਕੁਝ ਮਹੀਨਿਆਂ ਤੋਂ ਕਰੋਨਾ ਦਾ ਜਿਹੜਾ ਬਹੁਤ ਹੀ ਜ਼ਿਆਦਾ ਕਹਿਰ ਢਾਇਆ ਸਾਡੇ ਪੂਰੇ ਦੇਸ਼ ਦੇ ਉੱਤੇ ਤੇ ਲੋਕਡਾਊਨ ਰਿਹਾ ਕਿੰਨਾ ਚਿਰ, ਤੇ ਲੋਕਡਾਊਨ ਦੇ ਵਿੱਚ ਤੁਸੀਂ ਆਪਣੇ ਵਾਰਡ ਦੀ ਕਿਸ ਤਰੀਕੇ ਨਾਲ ਹੈਲਪ ਕੀਤੀ ਹੈ, ਕਿਸ ਤਰੀਕੇ ਨਾਲ ਲੋਕਾਂ ਦੀ ਮਦਦ ਕੀਤੀ ਹੈ? ਮੈਂ ਆਪਣੇ ਤੌਰ ਤੇ ਮੇਰੇ ਵਾਰਡ ਦੇ ਵਿੱਚ ਜਾਓ, ਦੇਖੋ ਸ਼ਾਸਤਰੀ ਨਗਰ ਮੈਨੂੰ ਕਿਸੇ ਨੂੰ ਜ਼ਰੂਰਤ ਨਹੀਂ ਹੈ ਸੇਵਾ ਦੀ, ਕਿਸੇ ਕੰਮ ਦੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਕਰਾਉਣਾ, ਨਾ ਮੇਰੇ ਪਟੇਲ ਨਗਰ ਜ਼ਰੂਰਤ ਹੈ, ਸਾਰੇ ਖਾਂਦੇ ਪਿੰਦੇ ਸਹੀ ਕਰ, ਨਾ ਮੈਨੂੰ ਮਰੋੜ ਨਗਰ ਦੀ ਜ਼ਰੂਰਤ ਹੈ, ਮੈਨੂੰ ਸਿਰਫ ਮਰੋਦਾਂ ਦੀ ਚੁੱਗੀਆਂ ਦੀ ਜ਼ਰੂਰਤ ਹੈ। ਉੱਥੇ ਮੈਂ ਆਪਣੇ ਤੌਰ ਤੇ, ਦੇਖੋ ਸਰਕਾਰੀ ਤੰਤਰ ਤੇ ਸਰਕ ਰੋਸ਼ਨ ਨਹੀਂ ਹੈ, ਜਿਹੜਾ ਕਿ MC ਥਰੂ ਜਾਣਾ ਚਾਹੀਦਾ, ਇਹਨਾਂ ਨੇ ਜਿਹੜੇ MC ਨੂੰ ਖਿਲਾਰਨਾ ਹੈ ਉਹਦੇ ਘਰ ਭੇਜਿਆ, ਉਹਨੇ ਵੰਡਿਆ, ਲੇਕਿਨ ਉਹ ਠੀਕ ਨਹੀਂ ਸੀ, ਕਿਉਂਕਿ ਉਹ ਫਿਰ ਬੋਰਡ ਜਦੋਂ ਗੱਲ ਫਿਰ ਬੋਰਡ ਵਾਲੀ ਆ ਗਈ ਕਿ ਇਹ ਘਰ ਸੌਖਾ ਗਰੀਬ ਹੈ ਮਾੜਾ, ਉਹਨੇ ਇਹ ਨਹੀਂ ਦੇਖਣਾ, ਉਹਨੇ ਕਹਿਣਾ ਇਹ ਘਰ ਚ ਮੇਰੇ 8 ਬੋਰਡਾਂ ਨੂੰ ਦੇ ਦੇ ਇੱਕ ਬੋਰੀ, ਇਹਨੂੰ ਦੇ 2 ਬੋਰੀਆਂ, ਸਹੀ ਤੇ ਫਿਰ ਵੀ ਬਣਾਇਆ। ਉਹਦੇ ਮੈਂ ਤੇ ਨਾ ਇਹਨਾਂ ਦੇ ਮਗਰ ਲੱਗਾ, ਨਾ ਮੈਂ ਇਹਨਾਂ ਕੋਲ ਗਿਆ, ਨਾ ਮੈਂ ਫੋਨ ਕੀਤਾ, ਨਾ ਮੈਂ ਇਹਨਾਂ ਦਾ ਧਿਆਨ ਦਿੱਤਾ, ਜਿਹੜੇ ਮੇਰੇ ਕੋਲ ਫੰਡਸ ਪਏ ਸੀ, ਮੇਰੀ ਤਨਖਾਹ ਦੇ ਫੰਡਸ ਪਏ ਸੀ, ਜਾਂ ਪਰਮਾਤਮਾ ਚਲੋ ਮੇਰੇ ਤੋਂ ਵੀ ਆਸ਼ੀਰਵਾਦ ਹੈ, ਮੇਰੇ ਕੋਲ ਜਿਹੜਾ ਹੋ ਸਕਦਾ ਸੀ ਮੈਂ 2-3 ਕਰਿਆਨੇ ਵਾਲਿਆਂ ਨਾਲ ਸੈਟਿੰਗ ਕੀਤੀ ਸੀ, ਮੈਂ ਉਹਨੂੰ ਸਲਿਪ ਦੇ ਦਿੰਦਾ ਸੀ, ਫੋਨ ਕਰ ਦਿੰਦਾ ਤੂੰ ਆਪਣਾ ਰਾਸ਼ਨ ਲੈ ਲੈ। ਜਿੰਨੀ ਸੇਵਾ ਹੋਣੀ ਚਾਹੀਦੀ ਹੈ ਸਰਕਾਰੀ ਤੰਤਰ ਦੇ ਥਰੂ, ਉਹਨੀ ਸੇਵਾ ਮੈਂ ਨਹੀਂ ਕਰ ਪਾਇਆ, ਜਾਂ ਇਹਨਾਂ ਨੇ ਨਹੀਂ ਕਰਨ ਦਿੱਤੀ। ਤੇ ਸਰ ਹੁਣ ਇੱਕ ਹੋਰ ਵੱਡੀ ਇੱਕ ਪ੍ਰੋਬਲਮ ਚੱਲ ਪਈ ਹੈ ਕਿ ਡੇਂਗੂ ਦੀ, ਪਠਾਨਕੋਟ ਦੇ ਬਹੁਤ ਜ਼ਿਆਦਾ ਕੇਸ ਆ ਰਹੇ ਨੇ ਡੇਂਗੂ ਦੇ, ਤੇ ਤੁਹਾਡੇ ਵਾਰਡ ਦੇ ਵਿੱਚ ਕਿਵੇਂ ਮਤਲਬ ਕਿ ਲੋਕ ਡੀਲ ਕਰ ਰਹੇ ਨੇ ਇਸ ਬਿਮਾਰੀ ਦੇ ਨਾਲ? ਡੇਂਗੂ ਵੀ ਫਲਾਨ ਚ ਤੇ ਦੇਖੋ ਸਾਡਾ ਤੇ ਮਾਰਚ ਵਿੱਚ ਸਾਡਾ ਟਰਨਓਵਰ ਖਤਮ ਹੋ ਗਿਆ ਜੀ, ਅਸੀਂ ਤੇ MC ਵੀ ਖਤਮ ਹੋ ਗਿਆ, ਸਾਡਾ ਮੇਨ ਵੀ ਖਤਮ ਹੋ ਗਿਆ ਜੀ, ਉਹਦੇ ਪਰ ਜਿਹੜੇ ਸਰਕਾਰੀ ਤੰਤਰ ਆ ਉਹ ਪ੍ਰੋਵਾਈਡ ਨਹੀਂ ਕਰ ਰਿਹਾ, ਨਾ ਉਹ ਗੌਰ ਕਰ ਰਿਹਾ, ਨਾ ਉਹ ਦਵਾਈਆਂ ਛਿੜਕਾ ਰਿਹਾ। ਦੇਖੋ ਜਦੋਂ ਪੁੱਛਣ ਕਿਛਣ ਵਾਲਾ ਕੋਈ ਨਹੀਂ ਨਾ ਜਿਹਦੇ ਘਰ, ਉਹਨਾਂ ਨੇ ਫਿਰ ਆਪਣੇ ਤਰੀਕੇ ਨਾਲ ਚੱਲਣਾ, ਉਹਨੂੰ ਇਸ ਟਾਈਮ ਪੁੱਛਣ ਕਿਛਣ ਵਾਲਾ ਕੋਈ ਨਹੀਂ ਜੀ, ਦਖਲਦਾਰੀ ਕੋਈ ਦੇ ਨਹੀਂ ਪਾ ਰਿਹਾ, ਅਸੀਂ ਤੇ ਦੇ ਨਹੀਂ ਪਾ ਰਹੇ, ਇਹ ਦੇਣਾ ਨਹੀਂ ਚਾਹੁੰਦੇ ਜਾਂ, ਤੇ ਇਸ ਕਰਕੇ ਸਾਰਾ ਉੱਜੜ ਕੇ ਤੇ ਮੇਰੇ ਖਿਆਲ ਅੱਜ ਤੱਕ ਦੀ ਹਿਸਟਰੀ ਕੱਢੋ ਤੇ ਸਭ ਤੋਂ ਜ਼ਿਆਦਾ ਡੇਂਗੂ ਦੀ ਬਿਮਾਰੀ ਫੈਲੀ ਇਹਨਾਂ ਦਿਨਾਂ 'ਚ, ਅੱਜ ਫੈਲੀ ਹੈ ਜੀ, ਇਸੇ ਸਾਲ ਹੀ ਫੈਲੀ ਹੈ, ਇਹਦੇ 1 ਸਾਲ ਤੋਂ ਡੇਂਗੂ ਅੱਜ ਦਾ, ਡੇਂਗੂ ਬਿਮਾਰੀ ਬਹੁਤ ਪੁਰਾਣੀ ਬਿਮਾਰੀ ਹੈ, ਲੇਕਿਨ ਫੈਲਣ ਨਹੀਂ ਦਿੰਦੇ ਸੀ, ਇਹ ਰੋਕ ਲੈਂਦੇ ਸੀ ਜੀ, ਤੰਤਰ ਨੂੰ ਚਲਾ ਲੈਂਦੇ ਸੀ, ਉਹਨਾਂ ਦੇ ਮਸ਼ੀਨਰੀ ਵੀ ਪਈ ਹੈ ਤੇ ਬੰਦੇ ਵੀ ਪਏ ਆ, ਨਾ ਦਵਾਈਆਂ ਇਹਨਾਂ ਕੋਲ, ਨਾ ਕੁਛ ਹੈ, ਨਾ ਹੀ ਬਾਰੀ ਹੈ, ਤੂੰ ਫੈਲਣੇ ਫੈਲਣਾ। ਸਰ ਇੱਕ ਸਵਾਲ ਹੈ ਜਿਹੜਾ ਕਿ ਅਸੀਂ ਹਰ ਪਿੰਡ ਦੇ ਵਿੱਚ ਜਾ ਕੇ ਇੱਕ ਆਮ ਬੰਦੇ ਤੋਂ ਲੈ ਕੇ ਇੱਕ ਸਰਪੰਚ ਤੱਕ ਇੱਕ ਵੱਡੇ ਤੋਂ ਵੱਡੇ ਹਰ ਇਨਸਾਨ ਕੋਲ ਪੁੱਛ ਰਹੇ ਹਾਂ ਆਪਾਂ ਕਿ ਤੁਸੀਂ ਜਿਹੜੇ ਆਪਣੇ ਕੈਪਟਨ ਸਾਹਿਬ, ਆਪਣੀ MLA ਸਰਕਾਰ ਹੈ, ਉਹਨਾਂ ਨੂੰ 10 ਦੇ ਵਿੱਚੋਂ ਕਿੰਨੇ ਨੰਬਰ ਦੋਗੇ? ਜ਼ੀਰੋ ਹੀ ਦੋਗੇ ਜੀ, ਜ਼ੀਰੋ ਜ਼ੀਰੋ ਤੋਂ ਵੱਧ ਨੰਬਰ ਕੀ ਦਿਓਗੇ ਮੈਮ? ਜਿਹੜੀ ਸਰਕਾਰ ਨੂੰ ਇਹੋ ਨਹੀਂ ਪਤਾ ਕਿ ਮੈਂ ਕਰੋਨਾ ਦੇ ਵਿੱਚ ਲੋਕਡਾਊਨ ਕਿੱਦਾਂ ਕਰਨਾ ਤੇ ਕਿੱਦਾਂ ਨਹੀਂ ਕਰਨਾ, ਉਹ ਕੀ ਕਰੇਗੀ ਜੀ ਸਰਕਾਰ ਜੀ? ਉਹ ਕਹਿ ਰਹੀ ਕਰਫਿਊ ਲਗਾ ਦਿਓ ਸਾਰੇ ਹਿੰਦੁਸਤਾਨ 'ਚ, ਦੁਕਾਨਾਂ ਖੋਲ ਲਓ ਜੀ, ਦਿਮਾਗ ਦੇਖੋ ਨਾ ਇਹਨਾਂ ਦਾ ਜੀ, ਕਿੰਨਾ ਕੁ ਡਿਵੈਲਪ ਹੈ ਜੋ ਸਾਡੇ ਦੇਸ਼ ਲਈ ਜਾਂ ਸਾਡੇ ਪਬਲਿਕ ਲਈ, ਜਾਂ ਸਾਡੇ ਪੰਜਾਬ ਲਈ ਕਿੰਨਾ ਕੁ ਵਫਾਦਾਰ ਨੇ ਆ ਜੀ, ਇਹ ਸਵੇਰੇ ਬਿਆਨ ਦਿੰਦੇ ਨੇ, ਕੱਲ ਛੁੱਟੀ, ਕੱਲ ਦੀ ਹੜਤਾਲ ਹੋਏਗੀ, ਸ਼ਾਮੀ ਬਿਆਨ ਨਹੀਂ ਨਹੀਂ ਖੋਲੋ ਜੀ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਦੋਂ ਕੀ ਕਰਨਾ ਜੀ, ਸਾਰੇ ਹਿੰਦੁਸਤਾਨ ਦੇ ਵਿੱਚ 100 ਬੰਦੇ ਦੀ ਪਰਮਿਸ਼ਨ ਮਿਲ ਗਈ ਹੈ, ਕਹਿੰਦੇ 30 ਬੰਦੇ ਦਾ ਫੰਕਸ਼ਨ ਨਹੀਂ ਕਰੋ, ਤੇਰੇ ਫੰਕਸ਼ਨ ਵੀ ਲੋਕੀ ਵੱਡੇ ਵੀ ਕਰ ਗਏ, ਇਨਕੁਆਇਰੀ ਕੋਈ ਨਹੀਂ, ਲੈਣਾ ਨਹੀਂ ਦੇਣਾ ਨਹੀਂ, ਇਹਨਾਂ ਨੂੰ ਕੋਈ ਸਮਝ ਹੈ ਹੀ ਨਹੀਂ ਕੀ ਕਰਨਾ ਚਾਹੀਦਾ, ਜ਼ੀਰੋ ਤੋਂ ਵੀ ਥੱਲੇ ਨੰਬਰ ਹੁੰਦੇ ਨਾ, ਉਹ ਵੀ ਦੇ ਲੈਣ ਨੂੰ ਸ਼ਾਇਦ। ਸਰ ਇੱਕ ਤੁਸੀਂ ਪਿੱਛੇ ਜੀ ਵੇਖਿਆ ਕਿ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਪਾਸ ਹੋਇਆ ਕਿਸਾਨ 19 ਬਿੱਲ, ਜਿਹਦਾ ਕਿ ਪੂਰੇ ਪੰਜਾਬ ਭਰ ਦੇ ਕਿਸਾਨ ਡਟ ਕੇ ਵਿਰੋਧ ਕਰ ਰਹੇ ਨੇ, ਤੇ ਤੁਹਾਡੇ ਨਜ਼ਰੀਏ ਦੇ ਵਿੱਚ ਬਿੱਲ ਕੀ ਹੈ, ਕਿਸਾਨਾਂ ਦੇ ਲਈ ਹੱਕ ਦੇ ਵਿੱਚ ਹੈ ਜਾਂ ਕਿਸਾਨ ਇਹ ਧਰਨੇ ਲਗਾ ਰਹੇ, ਤੁਸੀਂ ਕਿਸਾਨਾਂ ਦੇ ਨਾਲ ਜਾਂ ਸਰਕਾਰ ਨੇ ਜੋ ਵੀ ਕੀਤਾ ਤੁਹਾਡੇ ਸਾਹਮਣੇ ਸਹੀ ਹੈ? ਦੇਖੋ ਜਿਹੜੀ ਮੋਦੀ ਸਰਕਾਰ ਹੈ ਉਹ ਤੇ ਜਿੱਦਾਂ ਉਹਨਾਂ ਨੂੰ ਮੈਂ ਦੱਸਿਆ ਉਹ ਰਾਜਨੀਤੀ ਦਾਇਰੇ ਨਾਲ ਵਪਾਰ ਕੰਮ ਨਹੀਂ ਕਰਦੇ ਜੀ, ਮੋਦੀ ਸਾਹਿਬ ਖਾਸ ਕਰਕੇ ਸਾਡੀ ਟੀਮ 'ਚ ਜਿਹੜੇ ਬੋਸ ਨੇ ਸਾਡੇ ਜੀ, ਉਹ ਹਿੰਦੁਸਤਾਨ ਦੀ ਗੱਲ ਕਰਦੇ ਨੇ ਜੀ, ਦੁਨੀਆਂ 'ਚ ਸਾਡਾ ਨਾਮ ਹੋਏ ਜੀ ਸਰ, ਦੁਨੀਆਂ 'ਚ ਸਾਡੀ ਇੱਜ਼ਤ ਵਧੇ ਜੀ, ਔਰ ਸਾਡਾ ਦੇਸ਼ ਸਹੀ ਤਰੀਕੇ ਨਾਲ ਚੱਲੇ ਜੀ ਸਰ, ਜਿਹੜਾ ਗਲਤ ਤਰੀਕੇ ਨਾਲ ਚੱਲੇ ਉਹ ਨਾ ਚੱਲੇ ਜੀ, ਜਿਹੜਾ ਬਿੱਲ ਲਿਆਂਦਾ ਜਿਹੜਾ ਵਿਰੋਧ ਕਰ ਰਹੇ ਹੈ ਇਹ ਕਾਂਗਰਸੀ ਪਾਰਟੀਆਂ ਕਰ ਰਹੀਆਂ, ਇਹਦੇ ਕਲੀਅਰ ਵੀ ਹੋ ਗਏ, ਇੱਕ ਜਗ੍ਹਾ ਨਹੀਂ ਕਿਸੇ ਜਗ੍ਹਾ ਕਲੀਅਰ ਹੋਇਆ, ਨਹੀਂ ਸਰ ਨੈਸ਼ਨਲ ਭਾਈ ਦੇ ਵੀ ਟੈਗ ਹੋਏ ਇੱਕ ਦੋ ਵਾਰੀ, ਤੁਸੀਂ ਦੇਖ ਸਕਦੇ ਹੋ ਨਾ ਕਈ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਹਰ ਇੱਕ ਪਾਰਟੀ ਦਾ ਵਿਰੋਧ ਕਰ ਰਹੀਆਂ, ਚਾਹੇ ਕਾਂਗਰਸ ਹੈ, ਚਾਹੇ BJP ਹੈ, ਚਾਹੇ ਆਮ ਆਦਮੀ ਪਾਰਟੀ ਹੈ, ਕਿਸਾਨ ਜਥੇਬੰਦੀਆਂ ਮਾਲਵੇ ਦੇ ਵਿੱਚ ਖਾਸ ਕਰਕੇ ਕਿਸੇ ਵੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੂੰ ਆਪਣੇ ਨਾਲ ਨਹੀਂ ਜੋੜ ਰਹੀਆਂ, ਉਹ ਸਿਰਫ ਇਸ ਕਰਕੇ ਵਿਰੋਧ ਕਰ ਰਹੀਆਂ ਕਿ ਜਿਹੜੇ ਕਿਸਾਨ ਲਈ ਬਿੱਲ ਹੈ ਉਹ ਉਹਨਾਂ ਦੇ ਹੱਕ 'ਚ ਨਹੀਂ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਹ ਬਹੁਤ ਹੀ ਪਿੱਛੇ ਤੱਕ ਦੇਗਾ ਉਹਦੇ ਜਿਹੜਾ ਇਕਨੋਮਿਕਸ ਜਿਹੜਾ ਸਟਰਕਚਰ ਹੈ। ਦੇਖੋ ਹਿੰਦੁਸਤਾਨ ਦੇ ਵਿੱਚ ਸਾਰੇ ਜਗ੍ਹਾ ਵਿਰੋਧ ਖਤਮ ਹੋ ਗਿਆ ਜੀ ਸਰ, ਪੰਜਾਬ 'ਚ ਹੋ ਰਿਹਾ ਜੀ, ਕਿਉਂ ਹੋ ਰਿਹਾ? ਕਾਂਗਰਸ ਸਰਕਾਰ ਹੈ ਜੀ, ਉਹ BJP ਨੂੰ ਖਰਾਬ ਕਰਨ ਲਈ, ਦੇਖੋ ਤੰਤਰ ਤੇ ਸਾਰਾ ਕੈਪਟਲ ਸਰਕਾਰ ਹੈ ਜੀ ਸਰ, ਸਰਕਾਰੀ ਤੰਤਰ ਸਾਰਾ ਕੈਪਟਲ ਸਰਕਾਰ ਹੈ ਜੀ ਸਰ, ਇਹਨਾਂ ਨੂੰ ਮਿਸਗਾਈਡ ਕਰਨਾ ਵੀ ਬੜਾ ਆਸਾਨ ਹੈ, ਜੀ CM ਦੀ ਗੱਲ ਜਲਦੀ ਸੁਣਾਉਂਦੀ ਹੈ ਜੀ, ਇਹਨਾਂ ਨੂੰ ਇਹੋ ਜਿਹੀ ਜਿਹੜੇ ਜਗ੍ਹਾ ਤੇ ਕਿਸਾਨ
ਉਹਦੇ ਚ ਕੋਈ ਐਸਾ ਪੁਆਇੰਟ ਨਹੀਂ ਜਿਹੜਾ ਨੁਕਸਾਨ ਕਰੇ, ਲੇਕਿਨ ਉਹਨਾਂ ਨੂੰ ਮਿਸ ਇਹਨਾਂ ਨੇ ਆਪਣੀ ਫਿਰ ਰਾਜਨੀਤੀ ਆਏਗੀ ਨਾ, ਰਾਜਨੀਤੀ ਚਮਕਾਉਣ ਲਈ ਕਿਸਾਨਾਂ ਨੂੰ ਮਿਸਗਾਈਡ ਕਰ ਦਿੱਤਾ ਗਿਆ। ਜਦੋਂ ਕਿਸਾਨਾਂ ਨੂੰ ਮਿਸਗਾਈਡ ਕੀਤਾ, ਕਿਸਾਨ ਵਿਚਾਰੇ ਦੇ ਇੱਕ ਸਾਦਾ ਜੀਵਨ ਬਿਤਾਉਣ ਵਾਲੇ ਘਰ ਚ ਰਹਿਣ ਵਾਲੇ ਨੇ, ਸਾਨੂੰ ਸਮਝਦੇ ਸਮਝਦੇ ਬਿੱਲਾਂ ਨੂੰ, ਕਿਉਂਕਿ ਅਸੀਂ ਵੀ ਸ਼ਹਿਰੀ ਆ, ਲੋਕ ਪਿੰਡਾਂ 'ਚ ਨਹੀਂ ਵੱਸਦੇ, ਸਾਨੂੰ ਸਮਝਦੇ ਸਮਝਦੇ 4 ਮਹੀਨੇ ਲੱਗ ਗਏ ਜਾਂ 2 ਮਹੀਨੇ ਲੱਗ ਗਏ ਕਿ ਹੈ ਕੀ ਹੈ, ਕਿਉਂਕਿ ਸਮਝਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਸਾਡੀ ਵੀ ਜਵਾਬਦੇਹੀ ਬਣਦੀ ਹੈ, ਸਮਝਦੇ ਸਮਝਦੇ ਸਾਨੂੰ 2 ਮਹੀਨੇ ਲੱਗ। ਇਹਨਾਂ ਨੇ ਉਹਨੂੰ ਇੰਨਾ ਕੁ ਮਿਸਗਾਈਡ ਕਰਦਾ, ਉਹ ਵਿਚਾਰਾ ਜੱਟ ਜ਼ਿਮੀਦਾਰ ਬੰਦਾ, ਇਹ ਸਾਦਾ ਜਿਹਾ ਬੰਦਾ, ਇਹ ਘਰ 'ਚ ਰਹਿਣ ਵਾਲਾ, ਉਹਨੂੰ ਕਹਿੰਦਾ ਤੁਹਾਡੇ ਖਿਲਾਫ ਹੈ, ਉਹ ਵਿਚਾਰਾ ਕਹਿੰਦਾ ਖਿਲਾਫ ਹੈ, ਖਿਲਾਫ ਹੈ, ਖਿਲਾਫ ਹੈ, ਉਹਨੂੰ ਇਹਨੂੰ ਤਾਂ ਸਮਝਾਉਣ ਦੀ ਸਮਝਾਇਆ ਹੀ ਨਹੀਂ। ਉਹ 'ਚ ਕਿਹੜੀ ਚੀਜ਼ ਗਲਤ ਆ ਅੱਜ ਵੀ ਦੱਸੋ, ਜੇ ਤੁਸੀਂ ਵੀ ਇਹਨੂੰ ਸਮਝਿਆ ਦੱਸੋ ਉਹਦੇ 'ਚ ਕਿਹੜਾ ਪੁਆਇੰਟ ਗਲਤ ਹੈ। MSP ਤਾਂ ਚਾਲੂ ਹੈ, ਉਹ ਤਾਂ ਬੰਦ ਹੋਣੀ ਨੀ, ਮੇਨ ਤੇ MSP ਦਾ ਹੀ ਭੰਗਾ ਨਾ, ਕਿ MSP ਤੇ ਸਾਡੀ ਕਣਕ ਜਮ੍ਹਾਂ ਨਹੀਂ ਹੋਏਗੀ, ਸਰਕਾਰ ਨਹੀਂ ਲਏਗੀ, ਇਹ ਕਹਿੰਦੇ ਸਰਕਾਰ ਨਹੀਂ ਲਏਗੀ, ਪ੍ਰਾਈਵੇਟ ਲੋਕ ਕਿਉਂ ਸਰਕਾਰ ਨਹੀਂ ਲਏਗੀ, ਸਰਕਾਰ ਨੇ ਸਭ ਤੋਂ ਪਹਿਲੇ ਸ਼ੁਰੂ ਕਰਤਾ, ਸਗੋਂ ਆਪਣੀ ਜਿਹੜੀ ਤਰੀਕ 5 ਤਰੀਕ ਦੀ ਤੀ 31 ਤੋਂ ਉਹਨਾਂ ਨੇ ਕਣਕ ਲੈਣੀ ਸ਼ੁਰੂ ਕਰ, ਝੋਨਾ ਲੈਣਾ ਸ਼ੁਰੂ ਕਰਤਾ। ਸਰਕਾਰ ਦੇ ਫਾਇਦਾ ਸਰਕਾਰ ਨੂੰ, ਨਾਲੇ MSP ਬਣ ਕੇ ਸਰਕਾਰ ਕਿੱਦਾਂ ਆਪਣਾ ਸਿਸਟਮ ਚਲਾਏਗੀ। ਮੈਂ ਕਹਿੰਦਾ ਪ੍ਰਾਈਵੇਟ ਹੀ ਚੱਲ ਜਾਏ, ਇਹ ਕਹਿੰਦੇ ਕਿ MSP ਬੰਦ ਹੋ ਜਾਏਗਾ, ਮੰਨ ਲਿਆ ਗਿਆ ਸਰ MSP ਬੰਦ ਹੋ ਜਾਏ, ਜਿਹੜੀ ਸਰਕਾਰ ਆਪਣੇ ਫ੍ਰੀ ਦਿੰਦੀ ਆ ਜਾਂ ਹੋਰ ਆਪਣੀ ਜਗ੍ਹਾ 'ਤੇ ਯੂਜ਼ ਕਰਦੀ ਆ, ਉਹ ਵੀ ਪ੍ਰਾਈਵੇਟ ਖਰੀਦੇਗੀ ਤਾਂ ਸਰਕਾਰ ਨੂੰ ਕਿੰਨਾ ਨੁਕਸਾਨ ਹੋਏਗਾ, ਕਿਉਂਕਿ ਇਹ ਸਾਰਾ ਝੂਠ ਹੈ। ਉਹਨੂੰ ਝੂਠ ਦੇ ਵਿੱਚ ਪਾ ਕੇ ਔਰ ਕਾਂਗਰਸ ਨੇ ਆਪਣਾ ਸਿਸਟਮ ਬਣਾ ਕਰਕੇ ਇਹ ਜਿੰਨੇ ਜਥੇਬੰਦੀਆਂ ਨਜ਼ਰ ਆ ਰਹੀਆਂ ਉਹ 'ਚ 99.9% ਰਾਜਨੀਤਿਕ ਦੇ ਰਹੇ ਲੋਕ ਇਕੱਠੇ ਕਰਕੇ ਕਰੇ ਕਰਦੇ ਆ, ਜਿਹੜਾ ਆਮ ਕਿਸਾਨ ਹੈ ਉਹ ਇਸ ਤੋਂ ਵਿਰੋਧ ਤੋਂ ਨਹੀਂ ਹੈ। ਸਰ ਸਾਡੇ ਕੋਲ ਹੁਣ ਸਮਾਂ ਜ਼ਿਆਦਾ ਨਹੀਂ ਹੈ, ਅਤੇ ਤੁਸੀਂ ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਮੈਸੇਜ ਆਉਣ ਵਾਲੇ ਤਿਉਹਾਰਾਂ ਦੀ ਮੈਂ ਦੇ ਸਕਦਾ ਕਿ ਆਉਣ ਵਾਲੇ ਤਿਉਹਾਰ 'ਚ ਦੀਵਾਲੀ ਆ ਰਹੀ ਹੈ, ਸਭ ਤੋਂ ਲਾਗੇ ਦੀਵਾਲੀ ਹੈ ਸਾਡੀ, ਔਰ ਦੀਵਾਲੀ ਨੂੰ ਘਰ ਬੈਠ ਕੇ ਔਰ ਇਲੈਕਟ੍ਰੋਨਿਕ ਤਰੀਕੇ ਨਾਲ ਮਨਾਓ, ਇਹ 'ਚ ਪੋਲਿਊਸ਼ਨ ਨੂੰ ਘੱਟ ਤੋਂ ਘੱਟ ਯੂਜ਼ ਕਰੋ, ਪਟਾਕਾ ਘੱਟ ਤੋਂ ਘੱਟ ਯੂਜ਼ ਕਰੋ, ਕਿਉਂਕਿ ਕਰੋਨਾ ਦੀ ਬਿਮਾਰੀ ਤੋਂ ਅਸੀਂ ਮਸਾਂ ਬਾਹਰ ਆਏ ਹਾਂ। ਇਹ ਕਰੋਨਾ ਦੀ ਬਿਮਾਰੀ ਸਿੱਧੀ ਫੇਫੜਿਆਂ ਨੂੰ ਪੈਂਦੀ ਹੈ ਔਰ ਫੇਫੜਿਆਂ ਨੂੰ ਸਾਹ ਦੀ ਬਿਮਾਰੀ ਨੂੰ ਨੁਕਸਾਨ ਕਰਦੀ ਹੈ, ਅਤੇ ਫੇਫੜਿਆਂ ਦਾ ਨੁਕਸਾਨ ਜਿੰਨਾ ਪੋਲਿਊਸ਼ਨ ਦੇ ਨਾਲ ਹੁੰਦਾ ਉਹਨਾਂ ਫੇਫੜਿਆਂ ਦਾ ਨੁਕਸਾਨ ਕਿਉਂ ਜਾਂਦਾ। ਦੀਵਾਲੀ ਵਿੱਚ ਵੀ ਸਾਹ ਲੈਣ ਦੀ ਪ੍ਰੋਬਲਮ ਸਾਨੂੰ ਆ ਜਾਂਦੀ ਹੈ ਕਿਉਂਕਿ ਪੋਲਿਊਸ਼ਨ ਇੰਨਾ ਜ਼ਿਆਦਾ ਹੋ ਜਾਂਦਾ। ਮੈਂ ਸਭ ਨੂੰ ਦੇਸ਼ ਵਾਸੀਆਂ ਨੂੰ ਤਾਂ ਇਹੋ ਕਹਾਂਗਾ ਕਿ ਦੀਵਾਲੀ ਮਨਾਓ, ਆਪਣੇ ਢੰਗ ਨਾਲ ਮਨਾਓ, ਛੋਟੇ ਤੋਂ ਛੋਟੇ ਪਟਾਕਿਆਂ ਨਾਲ ਮਨਾਓ, ਦੀਵਿਆਂ ਨਾਲ ਮਨਾਓ ਔਰ ਇਲੈਕਟ੍ਰੋਨਿਕ ਬਿਜਲੀ ਦੀਆਂ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਆਉਂਦੇ ਨੇ ਉਹਨਾਂ ਨਾਲ ਮਨਾਈ ਜਾਏ, ਉਹ ਪਟਾਕੇ ਨੂੰ ਘੱਟ ਤੋਂ ਘੱਟ ਯੂਜ਼ ਕਰੇ, ਜਿੰਨਾ ਸਾਡਾ ਦੇਸ਼ ਬਚਿਆ ਰਹੇ, ਉਹ ਸਾਡੇ ਬਜ਼ੁਰਗ ਔਰ ਸਾਡੇ ਬੱਚੇ ਜਿਨ੍ਹਾਂ ਨੂੰ ਫੇਫੜੇ ਦੀ ਪ੍ਰੋਬਲਮ ਹੈ ਉਹ ਸਭ ਠੀਕ ਹੋਣ। ਧੰਨਵਾਦ। ਸਦਰਸ਼ਕੋ ਸਾਡੇ ਨਾਲ ਮੌਜੂਦ ਸੀ ਪਠਾਨਕੋਟ ਸ਼ਹਿਰ ਦੇ ਵਾਰਡ ਨੰਬਰ 4 ਦੇ MC ਸ਼੍ਰੀ ਰਕੇਸ਼ ਔਲ ਜੀ। ਰਕੇਸ਼ ਔਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨਾਲ ਫੇਸ ਟੂ ਫੇਸ ਪ੍ਰੋਗਰਾਮ ਰਾਹੀਂ ਜੁੜੇ। ਇਸੇ ਤਰ੍ਹਾਂ ਅਸੀਂ ਫਿਰ ਇਸ ਪ੍ਰੋਗਰਾਮ ਰਾਹੀਂ ਤੁਹਾਡੇ ਨਾਲ ਇੱਕ ਨਵੀਂ ਰਾਜਨੀਤਿਕ ਸ਼ਖਸੀਅਤ ਨਾਲ ਜੁੜਾਂਗੇ। ਦੇਖਦੇ ਰਹੋ TRL ਨਿਊਜ਼। ਜੇਕਰ ਤੁਸੀਂ ਵੀ ਤੁਹਾਡੇ ਏਰੀਏ ਦੇ ਵਿੱਚ ਕੋਈ ਅਜਿਹਾ ਨੇਤਾ ਹੈ ਜੋ ਕਿ ਜਿਹਨੂੰ ਤੁਸੀਂ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹੋ ਸਾਡੇ ਪ੍ਰੋਗਰਾਮ ਰਾਹੀਂ, ਤੇ ਥੱਲੇ ਦਿੱਤੇ ਗਏ ਨੰਬਰਾਂ ਤੇ ਜ਼ਰੂਰ ਕਾਲ ਕਰੋ। ਅਸੀਂ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਮੈਂ ਰਮਨਦੀਪ, ਧੰਨਵਾਦ।